ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅੱਜ ਮੁਰਕੇ ਫੇਮਾ ਉਹ ਹੀ ਬੇਨਤੀ ਕਰਨ ਚਾਹਵਾ ਜਿਹੜਾ ਮੈਂ ਸਵੇਰ ਦਾ ਲਿਖੀ ਜਾਂਦਾ ਪਿਛਲੇ 2 ਦਿਨ ਦਾ ਲਿਖੀ ਜਾਂਦਾ ਇੱਥੇ ਫੇਸਬੁੱਕ ਤੇ ਤੇ ਸਾਰੇ ਹੋਰ ਪਾਸੇ ਵੀ ਸੋ ਆਈ ਬ੍ਰੋਡਕਾਸਟ ਤੋਂ ਪਹਿਲਾਂ ਸਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਵੀ ਸਾਡੀ ਸੇਵਾ ਦਾ ਮੋਹਰੇ ਦੇਣ ਦਿਹਾੜੀ ਲੱਗੇ ਹੋਆ ਖਾਲਸਾ ਹਾਈਟ ਦੇ ਤੇ ਜਿਹੜਾ ਖਾਸ ਸੇਵਾ ਚੱਲ ਰਹੀ ਆ ਜਿਹੜੀ ਉਹ ਇਸ ਵੇਲੇ ਇਹ ਚੱਲ ਰਹੀ ਹੈਦਰ ਚਾਰ ਤਿੰਨ ਪਾਸੇ ਲੰਗਰ ਚੱਲ ਰਾਇਆ ਦਿੱਲੀ ਤੇ ਦੂਜੇ ਪਾਸੇ ਅੱਜ ਇੱਕ 400 400 ਬੰਦੇ ਦਾ ਇੱਕ ਬਹੁਤ ਵੱਡਾ ਰਹਿਣ ਨੂੰ ਰਾਤ ਨੂੰ ਸੌਣ ਲਈ ਇੱਕ ਬਹੁਤ ਬਹੁਤ ਵੱਡੀ ਟੈਂਟ ਇੱਕ ਤੰਬੂ ਬਹੁਤ ਵੱਡਾ ਸੈਟਅਪ ਕੀਤਾ ਗਿਆ ਆ ਤੇ ਜਾ ਰਿਹਾ ਤੇ ਮੇਰੇ ਖਿਆਲ ਨੂੰ ਫਿਨਿਸ਼ ਹੋਣਾ ਅਮਰਪ੍ਰੀਤ ਸਿੰਘ ਨੇ ਹੈਂਡਲ ਕਰ ਰਹੇ ਆ ਤੇ ਉੱਥੇ ਜਿਹੜੇ ਵੀ ਸਾਡੇ ਬਜ਼ੁਰਗਿਆ ਜਾਂ ਮਾਤਾਵਣੀਆਂ ਉੱਥੇ ਜਿਹੜੇ ਵੀ ਬਾਹਰ ਉਹ ਕੇ ਸਮੇਂ ਤੇ ਸੌਂ ਰਾਇਆ ਉਹ ਜਾ ਕੇ ਤੰਬੂ ਵਿੱਚ ਜਾ ਕੇ ਰਾਤ ਨੂੰ ਉੱਥੇ ਕਬਰ ਤੋਂ ਸਿਆਲ ਦੇ ਵਿੱਚ ਪੈ ਸਕਦੇ ਆ ਸੋ ਉਹ ਇੱਕ ਹੁਣ ਸ਼ੁਰੂ ਹੋ ਜਾਣਾ ਮੇਰਾ ਖਿਆਲ ਅੱਜ ਰਾਤ ਨੂੰ ਜਾਂ ਸ਼ੁਰੂ ਹੋ ਗਿਆ ਤੇ ਉਹ ਹੋਰ ਵੀ ਦੇਖਾਂਗੇ ਵੀ ਤਿੰਨ ਘੱਟ ਤੋਂ ਘੱਟ 400 ਬੰਦਾ ਉਹਦੇ ਵਿੱਚ ਸੌਂ ਸਕਦਾ ਉਹ ਤੰਬੂ ਵਿੱਚ ਤੇ ਨਮੀ ਦਾ ਤੇ ਨ ਸਿਆਲ ਦਾ ਤੇ ਨਾ ਹਵਾ ਦਾ ਕੋਈ ਫਿਕਰ ਹੋਊਗਾ ਸੋ ਬਹੁਤ ਧੀਆ ਪ੍ਰਾਪਤੀ ਕੀਤੀ ਇਹਨਾਂ ਟੀਮ ਨੇ ਤੇ ਹੋਰ ਵੀ ਸੇਵਾ ਬਹੁਤ ਚੱਲ ਰਹੀਆਂ ਮੋਰੇ ਹੋ ਕੇ ਪਹਿਲਾਂ ਵੀ ਚਾਰ ਥਾਂ ਤੇ ਲੰਗਰ ਤਿੰਨ ਥਾਂ ਸੌਰੀ ਚਾਰ ਥਾਂ ਤੇ ਲੰਗਰ ਚੱਲਦਾ ਸੀ ਪਹਿਲਾਂ ਦਿੱਲੀ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿੱਥੇ ਮੋਰਚੇ ਲੱਗੇ ਸੀਗੇ 2 ਮਹੀਨੇ ਉਹ ਵੀ ਸੰਗਤ ਨੂੰ ਅਸੀਂ ਪ੍ਰਮੋਟ ਨਹੀਂ ਕੀਤਾ ਨਾ ਪੈਸੇ ਵੰਗੇ ਕਿਉਂਕਿ ਤੁਸੀਂ ਸਾਨੂੰ ਹਰ ਵਾਰੀ ਜਦੋਂ ਹੋਰ ਵੀ ਚਾਹੇ ਬੰਦੀਆਂ ਪੈਸੇ ਆਈ ਜਾਂਦੇ ਆ ਹਰ ਏਦਾਂ ਦੇ ਅਸੀਂ ਸੋਚਦੇ ਵੀ ਹਰ ਇੱਕ ਚੀਜ਼ ਏਦਾਂ ਦਾ ਕੋਈ ਹੋਵੇ ਚੀਜ਼ ਹਾਦਸਾ ਹੋਵੇ ਜਾਂ ਪ੍ਰੋਟੈਸਟ ਹੋਵੇ ਯਾ ਪੰਜਾਬ ਦੀ ਇੱਕਦਮ ਇਦਾਂ ਚੀਜ਼ ਹੋਵੇ ਤੇ ਇੱਕਦਮ ਜਾ ਕੇ ਅਸੀਂ ਘੜੀ ਘੜੀ ਪੈਸੇ ਮੰਗੀ ਜਾਈਏ ਤੇ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਆ ਤੇ ਕਿਉਂਕਿ ਉੱਥੇ ਕਈ ਸੰਸਥਾ ਕੰਮ ਕਰ ਰਹੀਆਂ ਆ ਹੁਣ ਮੈਂ ਦੇਖਦਾ ਕਈ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੀਆਂ ਅਪੀਲਾਂ ਚੱਲ ਰਹੀਆਂ ਆ ਪੈਸਾ ਵੀ ਬਹੁਤ ਇਕੱਠਾ ਹੋਊਗਾ ਪਰ ਉਹ ਫੇ ਮਗਰੋਂ ਕਿਸਾਨਾਂ ਲਈ ਕਿੱਦਾਂ ਵਰਤਾ ਜਾਊਗਾ ਕੀ ਹੋਊਗਾ ਜਦੋਂ ਕਿਸਾਨ ਚਲ ਗਏ ਹੁਣ ਵੀ ਜੇ ਕਿਸਾਨ ਉੱਥੇ ਹੈਗੇ ਆ ਉਹਦਾ ਖਰਚਾ ਕਿੰਨਾ ਕਾਊਗਾ ਇਦੇ ਵਿੱਚ ਅਸੀਂ ਇਹ ਨਹੀਂ ਚਾਹੁੰਦੇ ਭਈ ਸਾਰਾ ਇਕੱਠਾ ਹੋ ਕੇ ਤਾਂ ਜਦੋਂ ਲੋੜ ਹੋਵੇ ਉਦੋਂ ਫੇ ਪੈਸਾ ਨਾ ਮੋਹਰੇ ਆਵੇ ਤਾਂ ਨਾ ਸੰਗਤ ਉਹ ਨਹੀਂ ਕਹਣਾ ਪਹਿਲਾਂ ਅਸੀਂ ਡੋਨੇਟ ਕਰ ਦਿੱਤਾ ਖਾਲਸਾ ਆਈਟ ਦੀ ਕੋਈ ਅਪੀਲ ਨਹੀਂ ਚੱਲ ਰਹੀ ਅਸੀਂ ਅਪੀਲ ਨਹੀਂ ਚਾਹ ਰਹੇ ਅਸੀਂ ਇਹ ਕਹਿ ਰਹੇ ਹਾਂ ਜੇ ਘੜੀ ਘੜੀ ਜੇ ਕੋਈ ਜਥੇਬੰਦੀ ਸੇਵਾ ਕਰ ਰਹੀ ਆ ਮੋਹਰੇ ਹੋ ਕੇ ਕਿਸਾਨਾਂ ਦੀ ਸਾਨੂੰ ਤੁਸੀਂ ਅਪਰੋਚ ਕਰੋ ਅਸੀਂ ਤੁਹਾਨੂੰ ਸਮਾਨ ਲੈ ਕੇ ਦੇਵਾਂਗੇ ਕੰਬਲ ਹੋਵੇ ਟੂਥਪੇਸਟ ਹੋਵੇ ਸਾਬਣ ਹੋਵੇ ਆ ਅ ਕੋਈ ਮੈਡੀਕਲ ਚੀਜ਼ ਹੋਵੇ ਅਸੀਂ ਉਹਦੀ ਫੰਡਿੰਗ ਕਰ ਦਵਾਂਗੇ ਚੀਜ਼ ਤੇ ਇਹਦੇ ਵਿੱਚ ਜਿਹੜੇ ਪੈਸੇ ਸੰਗਤ ਨੇ ਪਹਿਲਾਂ ਵੀ ਦਿੱਤੇ ਆ ਖਾਲਸਾ ਸਾਹਿਬ ਨੂੰ ਉਹ ਵੀ ਹੈਗੇ ਆ ਸਾਡੇ ਕੋਲ ਵੀ ਹੈਗੇ ਆ ਦੂਜੇ ਬ੍ਰਾਂਚਾਂ ਵਿੱਚ ਹੈਗੇ ਆ ਹੋਰ ਵੀ ਵਾਸੇ ਬੰਦੀਆਂ ਜਿਹੜੀਆਂ ਕਾਮਕਾਰੀਆਂ ਮoure ਪੈਸੇ ਸਾਰਿਆਂ ਕੋਲ ਹੈਗੇ ਆ ਪਰ ਜਾਦੇ ਇਕੱਠੇ ਕਰਨੇ ਆ ਇਸ ਵੇਲੇ ਇਹ ਮੈਨੂੰ ਮੜ ਜਾ ਭਈ ਇਧਰ ਖਿਆਲ ਆ ਰਿਹਾ ਭਈ ਅਸੀਂ ਜਦੋਂ ਵੀ ਇਦਾਂ ਡਿਜ਼ਾਸਟਰ ਹੁੰਦੇ ਆ ਅਪੀਲਾਂ ਇੱਕਦਮ ਚੱਲਣ ਲੱਪੈਂ ਨੀਆਂ ਕੋਈ ਪਲਾਨ ਨਹੀਂ ਹੁੰਦਾ ਹੁਣ ਸਾਨੂੰ ਡਰਿਆ ਭਈ ਪੈਸੇ ਇਕੱਠੇ ਹੋ ਗਏ ਤੇ ਕਿੱਥੇ ਖਰਚਨੇ ਮੈਂ ਪਹਿਲਾਂ ਵੀ ਇਹ ਕਹਿਆ ਸੀ ਜਦੋਂ ਹੜਾ ਸੀ ਪਿਛਲੇ ਸਾਲ ਮੈਂ ਤੁਹਾਨੂੰ ਕਿੰਨੇ ਕਿੰਨੇ ਬ੍ਰੋਡਕਾਸਟ ਕਰਕੇ ਲੱਗ ਕਿੰਨੇ ਪੈਸੇ ਇਕੱਠੇ ਹੋਏ ਪੈਸੇ ਇਕੱਠੇ ਕਰਨੇ ਬਹੁਤ ਸੌਖੇ ਆ ਤੇ ਮੇਰਾ ਕਹਾਲ ਕਾਲ ਸਾਈਡ ਕੱਲੀ ਜਿਹਾ ਬੰਦੀ ਆ ਜਿਹਨੇ ਸਾਰਾ ਕੁਝ ਦਿਖਾ ਲ ਕੇ ਦਿਖਾ ਲਿਆ ਕਿੰਨੇ ਪੈਸੇ ਸਾਡੇ ਇਕੱਠੇ ਹੋਏ ਆ ਤੇ ਕਿੰਨੇ ਸਾਡੇ ਖਰਚੇ ਹਲ ਤਾਂ ਵੀ ਸਾਡੇ ਕੋਲ ਜਿਹੜੇ ਹੜ ਦੇ ਪੈਸੇ ਆ ਅਸੀਂ ਹੋਰ ਲਈ ਪਲਾਨ ਬਣਾ ਰਹੇ ਹਾਂ ਹੋਰ ਵੀ ਕਿੱਥੇ ਖਰਚਨੇ ਕਿੱਦਾਂ ਫਾਇਦਾ ਹੋਊਗਾ ਉੱਥੇ ਲੋਕਾਂ ਨੇ ਭਈ ਪੈਸੇ ਸਿੱਟ ਦੇਣੇ ਤੇ ਨਾਲਿਆਂ ਸੀ ਉਹ ਪੈਸੇ ਮਿਕਸ ਕੀਤੇ ਹੋਰ ਜਨਰਲ ਫੰਡ ਦੇ ਵਿੱਚ ਉਹ ਅਸੀਂ ਇੱਕ ਸਾਈਡ ਤੇ ਰੱਖੇ ਸਾਰੇ ਪੈਸੇ ਭਈ ਤੁਹਾਨੂੰ ਪਤਾ ਲੱਗੇ ਭਈ ਐਗਜ਼ੈਕਟਲੀ ਕਿੰਨੇ ਪੈਸੇ ਇਕੱਠੇ ਹੋਏ ਕਿੰਨੇ ਖਰਚੇ ਕਿੰਨੇ ਰਹਿੰਦੇ ਆ ਉਹ ਵੀ ਹੜਾਂ ਤੇ ਖਰਚੀ ਜਾਊਗੇ ਏਰੀਆ ਦੇ ਵਿੱਚ ਕਿਉਂਕਿ ਪੈਸੇ ਖਰਚਣੇ ਚੰਗੀ ਤਰ੍ਹਾਂ ਜਿੰਨੇ ਜ਼ਿਆਦੇ ਪੈਸੇ ਆ ਓਨੀ ਪ੍ਰੋਬਲਮ ਮੁਸੀਬਤ ਆਉਂਦੀ ਆ ਪੰਜਾਬ 'ਚ ਪੈਸਾ ਖਰਚਣਾ ਬਹੁਤ ਔਖਾ ਆ ਜਿੱਦਾਂ ਭਈ ਕਹੋ ਕਈ ਤਰ੍ਹਾਂ ਦੇ ਪੈਸੇ ਭੇਜਣੀਆਂ ਮੁਸੀਬਤਾਂ ਆਉਂਦੀਆਂ ਅਨੁਪਤਾ ਉੱਥੇ ਗਵਰਨਮੈਂਟ ਰੈਸਟ੍ਰਿਕਸ਼ਨ ਹੁੰਦੀ ਆ ਤੇ ਉੱਥੇ ਜਾ ਕੇ ਜੇ ਬਿਲਡਿੰਗ ਕਰਨੀ ਆ ਜਾਂ ਵੱਡੇ ਵੱਡੇ ਪ੍ਰੋਜੈਕਟ ਕਰਨੇ ਉਹ ਵੀ ਡਿਫਿਕਲਟ ਹੁੰਦੇ ਦੇਖਣੇ ਕਈ ਵਾਰੀ ਸਾਡੀ ਟੀਮ ਉੱਥੇ ਕਰ ਰਹੀ ਆ ਕੰਮ ਹੁਣ ਹਾਰ ਦਾ ਕੰਮ ਜਿਹੜਾ ਆ ਅਸੀਂ ਫੇਰ ਦੱਬ ਕੇ ਸ਼ੁਰੂ ਕਰਨ ਲੱਗੇ ਆ ਕਿਉਂਕਿ ਪੈਸੇ ਹਾਲ ਤੱਕ ਵੀ ਪਾਇਓਗਾ ਅਸੀਂ ਇਹ ਨਹੀਂ ਕਹਿਣਾ ਭਈ ਚਲੋ ਇੱਕ ਮਹੀਨਾ ਹੋ ਗਿਆ ਜਾਂ ਹਫ਼ਤਾ ਹੋ ਗਿਆ ਹੁਣ ਸਾਡੇ ਕੋਲ ਕੋਈ ਦੇਖਦਾ ਨਹੀਂਗਾ ਤੇ ਜੋ ਆਇਆ ਪੈਸਾ ਚੁੱਪ ਕਰਕੇ ਦੂਜੇ ਪਾਸੇ ਹੁਣ ਰੱਖ ਲਓ ਕਿਸੇ ਨੂੰ ਸਿਰੋ ਪੁੱਛਣਾ ਸਾਨੂੰ ਪਰ ਅਸੀਂ ਇੱਕ ਸਿਸਟਮ ਚੇਂਜ ਕਰ ਰਹੇ ਆ ਸਾਡੀ ਇਹ ਬੇਨਤੀ ਆ ਇਹ ਕੋਈ ਸੰਸਥਾ ਉਥੇ ਸੇਵਾ ਕਰ ਰਹੀ ਆ। ਇਹ ਕੋਈ ਗਰੁੱਪ ਉਥੇ ਸੇਵਾ ਦਾ ਹੈਗਾ। ਲੰਗਰ ਬਤਾ ਰਿਹਾ, ਕੰਬਲ ਦੇ ਰਿਹਾ, ਦਵਾਈਆਂ ਦੇ ਰਿਹਾ। ਕੋਈ ਸਾਬਣ ਦੇ ਰਿਹਾ, ਕੋਈ ਹੋਰ ਚੀਜ਼ ਦੇ ਰਿਹਾ। ਸਾਡੀ ਟੀਮ ਨੂੰ ਅਪਰੋਚ ਕਰੋ। ਅਸੀਂ ਤੁਹਾਨੂੰ ਤੁਹਾਡੀਆਂ ਇਨਵੋਇਸਾਂ ਤੁਹਾਡਾ ਸਮਾਨ ਲਿਆ ਕੇ ਤੁਹਾਨੂੰ ਦੇਵਾਂਗੇ। ਤੁਸੀਂ ਉਹ ਸਮਾਨ ਆਪੇ ਹੀ ਬੰਦ ਲਓ। ਅਸੀਂ ਇੱਕ ਹੀ ਸਾਡੀ ਸ਼ਰਤ ਹੋਗੀ ਇੱਕ ਬੰਦਾ ਸਾਡੇ ਵਿੱਚੋਂ ਸੇਵਾਦਾਰ ਇੱਕ ਦੋ ਸੇਵਾ ਤੁਹਾਡੇ ਨਾਲ ਹੋਊਗੇ। ਉਹ ਵੰਡਣ ਲਈ ਵੀ ਮੇਕ ਸ਼ੁਰ ਕਰਿਓ ਇਹ ਉਹ ਸਮਾਨ ਵੰਡਿਆ ਗਿਆ। بس ਇਹਦਾ ਜਿੱਦਾਂ ਬਿੱਲ ਆ ਜੂਗਾ 50000 50 ਲੱਖ ਆ ਗਿਆ ਦੇ 20 ਲੱਖ ਆ ਗਿਆ 10 ਲੱਖ ਆ ਗਿਆ 3 ਲੱਖ ਆ ਗਿਆ 2 ਲੱਖ ਆ ਗਿਆ ਉਹ ਅਸੀਂ ਚੱਕ ਚੱਕ ਚੈੱਕ ਕਰਕੇ ਤੁਹਾਡਾ ਅਸੀਂ ਉਹ ਪੈੱਕ ਕਰਾਂਗੇ ਤੇ ਗੱਲ ਇਦਾਂ ਬਣੂਗੀ ਜੇ ਕਹਦਾ ਸਾਨੂੰ ਉਹ ਕੋਈ ਆ ਗਿਆ ਕਹਿੰਦਾ ਵੀ ਸਾਨੂੰ 10000 10000 ਕੰਬੜਾਂ ਦੀ ਲੋੜ ਆ ਅਸੀਂ ਜਾ ਕੇ ਲਵਾਂਗੇ ਕੰਬੜਾਂ ਜਿੱਥੇ ਵੀ ਸਾਨੂੰ ਚੰਗੀ ਪ੍ਰਾਈਸ ਮਿਲਦੀ ਚੰਗੀ ਕੁਆਲਿਟੀ ਮਿਲਦੀ ਉੱਥੇ ਜਾ ਕੇ ਅਸੀਂ ਪ੍ਰਾਈਸ ਨਾਲ ਨੇਗੋਸ਼ੀਏ ਕਰਕੇ ਪੈਸੇ ਦੇ ਦਵਾਂਗੇ ਸਾਡੇ ਦੋ ਤਿੰਨ ਸੇਵਾਦਾਰ ਨਾਲ ਟਰੱਕ ਦੇ ਉੱਥੇ ਆਓਗੇ ਕੈਂਪ ਦੇ ਵਿੱਚ ਉਹ ਤੁਹਾਡੇ ਜਥੇਬੰਦੀ ਨਾਲ ਰਲ ਕੇ ਬੰਦੂਗੀਆਂ ਜਾ ਕੇ ਸਾਰਿਆਂ ਸਾਹਮਣੇ ਸੋ ਅਸੀਂ ਤੁਹਾਰਾਂ ਨਾਲ ਮੋਢਾ ਜੋੜ ਕੇ ਸੇਵਾ ਕਰਨ ਨੂੰ ਤਿਆਰ ਹਾਂ ਜਿਹੜਾ ਵੀ ਪਰ ਘੜੀ ਘੜੀ ਅਪੀਲ ਕਰਨ ਦੀ ਇਸ ਵੇਲੇ ਲੋੜ ਨਹੀਂ ਏ ਖਾਲਸਾ ਐਡ ਅਪੀਲ ਨਹੀਂ ਕਰ ਰਹੀ ਅਸੀਂ ਬਹੁਤ ਧੰਨਵਾਦੀਆਂ ਸੰਗਤ ਦੇ ਪਿਆਰ ਦਾ ਕਿਉਂਕਿ ਜਿੰਨੇ ਤੁਸੀਂ ਸਾਨੂੰ ਮਾਇਆ ਦੇ ਰਹੇ ਆਂ ਸਾਨੂੰ ਤੁਸੀਂ ਇੰਨਾ ਪਿਆਰ ਕਰਦੇ ਆਂ ਤੇ ਤੁਸੀਂ ਸਾਡੇ ਖਜ਼ਾਨੇ ਭਰੀ ਜਾਂਦੇ ਆਂ ਸਾਨੂੰ ਵੀ ਸ਼ਰਮ ਆਊਗੀ ਜੇ ਅਸੀਂ ਘੜੀ ਘੜੀ ਮੁੜ ਕੇ ਫੇਰ ਗਈਏ ਸਾਨੂੰ ਹੁਣ ਆਹ ਆ ਪੰਜਾਬ ਦਾ ਪ੍ਰੋਟੈਸਟ ਆਇਆ ਦਿੱਲੀ ਤੇ ਤੇ ਸਾਨੂੰ ਪੈਸੇ ਦੇਵੋ ਇਹਦੇ ਅਸੀਂ ਕੋਈ ਅਪੀਲ ਨਹੀਂ ਕੀਤੀ ਜਿਹੜਾ ਸ਼ਰਧ ਆਇਆ ਜਿਹਨਾਂ ਦਾ ਪਿਆਰ ਆ ਉਹ ਪੈਸੇ ਹਾਲ ਤੱਕ ਵੀ ਬੈਂਕ ਚ ਪਾਈ ਜਾਂਦੇ ਆ ਤੇ ਸਾਡੇ ਕਾਫੀ ਵੱਡੇ ਪ੍ਰੋਜੈਕਟ ਕਿਸਾਨਾਂ ਲਈ ਸ਼ੁਰੂ ਹੋਣੇ ਅਗਲੇ ਸਾਲ ਵੀ ਜਿਹੜਾ ਜਨਵਰੀ ਤੋਂ ਲੱਕ ਕੇ ਹੁਣ ਦੇਖਣਾ ਕਿੱਦਾਂ ਸ਼ੁਰੂ ਕਰਨਾ ਪਰ ਪੈਸਾ ਇਕੱਠਾ ਕਰਨਾ ਬਹੁਤ ਸੌਖਾ ਮਗਰੋਂ ਸਾਰਾ ਭੁੱਲ ਜਾਂਦਾ ਤੇ ਖਰਚਣਾ ਚੰਗੀ ਤਰ੍ਹਾਂ ਬਹੁਤ ਔਖਾ ਹੁੰਦਾ ਇਹ ਸਾਡਾ ਐਕਸਪੀਰੀਅੰਸ ਆ 21 ਸਾਲ ਦਾ ਇਹ ਕੋਈ ਇਦ ਨਹੀਂ ਭਈ ਮੈਂ ਬੇਸੁਤਾ ਉੱਠ ਕੇ ਤੁਹਾਨੂੰ ਕਹਿ ਰਿਹਾ ਕੋਈ ਐਕਸਪੀਰੀਅੰਸ ਤੋਂ ਬਗੈਰ ਸੋ ਜਿੰਨਾ ਪੈਸਾ ਕਈ ਵਾਰੀ ਆਉਂਦਾ ਹੁਣ ਸਾਨੂੰ ਉੱਥੇ WFG ਗਰੁੱਪ ਆ ਕੈਨੇਡਾ ਵਿੱਚ ਆਉਂਦੀ ਸਾਨੂੰ 25 ਲੱਖ ਰੁਪਈਆ ਦਿੱਤਾ ਕਿਸਾਨ ਦੇ ਲੰਗਰ ਲਈ ਕਈ ਲੋਕ ਆ ਤੋੜ ਕੇ ਜਾ ਕੇ ਕਹਿੰਦੇ ਬਹੁਤ ਵਧੀਆ ਹੋ ਗਿਆ ਸਾਨੂੰ ਕਿਸ ਨੇ ਮਾ ਸਾਨੂੰ ਉਸੇ ਸਾਰੇ ਡਰ ਲਾ ਪਿਆ ਦਰਦਗਨ ਲਾ ਪਿਆ ਕੈਨੇਡਾ ਵਿੱਚ ਆ ਕੇ ਸਾਨੂੰ ਵੀ ਇਹ ਪੈਸਾ ਖਰਚਣਾ ਕਿੱਦਾਂ ਆ ਕਿੱਥੇ ਖਰਚਾਂਗੇ ਹੁਣ ਸਾਡੀ ਗੱਲ ਚੱਲਦੀ ਅਮਰਪ੍ਰੀਤ ਨਾਲ ਸਾਡੇ ਕੋਲ ਇੰਨਾ ਲੱਖ ਪਿਆ ਆ ਇੱਥੇ ਲਾਉਣਾ ਆ ਜਿਹੜਾ ਕਿਸਾਨਾਂ ਲਈ ਪੈਸਾ ਖਾਸਾ ਇਹਨੂੰ ਆ ਰਿਹਾ ਆ ਉਹਦਾ ਅਸੀਂ ਸੈਪਰੇਟ ਅਕਾਊਂਟ ਰੱਖੀ ਜਾਂਦੇ ਆ ਸਾਡੀ ਆਫਿਸ ਤੇ ਜੋ ਮਰਜੀ ਜਿਹੜਾ ਮਰਜੀ ਉੱਥੇ ਸਾਡੇ ਆਫਿਸ ਆ ਸਕਦਾ ਉਹ ਜਾ ਕੇ ਚੈੱਕ ਕਰ ਸਕਦਾ ਜਿੱਥੇ ਲਿਖਿਆ ਆ ਬੈਂਕ ਦੇ ਵਿੱਚ 4 ਫਾਰਮਰਸ ਉਹ ਕੰਪਲੀਟਲੀ ਸੈਪਰੇਟ ਖੋਲਿਆ ਹੋਇਆ ਅਕਾਊਂਟ ਕਿਉਂਕਿ ਹਰ ਸਾਲ ਅਸੀਂ ਸਿਸਟਮ ਇੰਪਰੂਵ ਕਰ ਰਹੇ ਹਾਂ ਗਲਤੀਆਂ ਪਹਿਲਾਂ ਹੋਗੀਆਂ ਗਲਤੀਆਂ ਜਿਹੜੀਆਂ ਜਾਣਕਾਰੀ ਉਹ ਗਲਤੀ ਨਹੀਂ ਹੁੰਦੀ ਉਹ ਮਿਸਲੀਡਿੰਗ ਹੁੰਦੀ ਅਸੀਂ ਜਾਣ ਕੇ ਹੁਣ ਇੱਕ ਇੱਕ ਆਫਿਸ ਦੇ ਵਿੱਚ ਸਿਸਟਮ ਬਣਾਇਆ ਜਿਹੜਾ ਕੋਈ ਫਾਰਮਰਸ ਦਾ ਹੀ ਇਹ ਐਥੇ ਨਹੀਂ ਲੱਗਾ ਪ੍ਰੋਟੈਸਟ ਤੇ ਉਹ ਪੰਜਾਬ ਕਿਸਾਨਾਂ ਲੱਗੂਗਾ ਉਹ ਅਸੀਂ ਜਨਰਲ ਫੰਡ 'ਚ ਨਹੀਂ ਪਾਉਣਾ ਤੇ ਮੌੜਾ ਚੇਤਾ ਭੁੱਲ ਜਾਣਾ ਜਿੱਦਾਂ ਵੀ ਹੜ ਦਾ ਜਿਹੜਾ ਪਿਆ ਆ ਫੰਡ ਉਹ ਹੀ ਉਹ ਫੰਡ ਕਿੱਥੇ ਪਿਆ ਆ ਕਿੰਨੇ ਦਾ ਪਿਆ ਆ ਤੇ ਕਿੱਥੇ ਖਰਚਣਾ ਉਹ ਸਾਡੀ ਜ਼ਿੰਮੇਵਾਰੀ ਹੋਗੀ ਪਰ ਸਾਡੀ ਕੋਈ ਅਪੀਲ ਨਹੀਂ ਚੜਦੀ ਕਰਾਂ ਤਿੰਨ ਪਾਸੇ ਲੰਗਰ ਚੱਲ ਰਿਹਾ ਦਿਲ ਲਈ 400 ਬੰਦਿਆਂ ਦਾ ਤੰਬੂ ਇੱਕ ਤਿਆਰ ਹੋ ਗਿਆ ਉੱਥੇ ਮਸਕੀਟੋ ਦੀ ਸਪਰੇਅ ਦੇ ਰਹਾ ਜਾਂ ਫਰਸਟ ਕਿਟ ਕਿਟ ਦੇ ਰਹਾ ਜਾਂ ਫਾਰਸ ਇੰਜਰ ਦੇ ਰਹਾ ਜਾਂ ਦੈਂਦੇੜੀ ਆ ਕੇ ਪਾਣੀ ਦੀ ਸੇਵਾ ਚੱਲ ਰਹੀ ਆ ਸੋ ਕਾਫੀ ਸੇਵਾ ਚੱਲ ਰਹੀ ਓਥੇ ਪਿਆਰ ਪਿਆਰ ਦੇ ਨਾਲ ਸ਼ਰਧਾ ਸਾਡੇ ਫੇਰ 100 150 ਵੋਲੰਟੀਅਰ ਜਾਂ ਸੇਵਾਦਾਰ ਆ ਜਿਹੜੇ ਆਪਣੇ ਕੰਮ ਛੱਡ ਕੇ ਨੌਜਵਾਨ ਕੁੜੀਆਂ ਮੁੰਡੇ ਸੇਵਾ ਕਰ ਰਹੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਪਰ ਸਾਡੀ ਇੱਕ ਜ਼ਿੰਮੇਵਾਰੀ ਹੈਗੀ ਆ ਕਿਉਂਕਿ ਖਾਲਸਾ ਇਹ ਬਹੁਤ ਪੌਪੂਲਰ ਆ ਪਿਆਰ ਆ ਇਨੀ ਚੁੱਪ ਕਰਕੇ ਅਸੀਂ ਵੀ ਇਹ ਅੱਖਾਂ ਬੰਦ ਕਰ ਲਈਏ ਤੇ ਮੂੰਹ ਬੰਦ ਕਰਕੇ ਕਹੀ ਜਾਈਏ ਲੈ ਉਹ ਪੈਸੇ ਕਰੀ ਜਾਓ ਪੈਸੇ ਇਕੱਠੇ ਹੋਰ ਕਰ ਲਓ ਸਾਨੂੰ ਡਾਰਿਆ ਵੀ ਜਿੰਨੇ ਪੈਸੇ ਇਕੱਠੇ ਹੁੰਦੇ ਆ ਇਹ ਕਿੰਨਾ ਖਰਚਾ ਕਿੰਦਾ ਕਰਾਂਗੇ ਉਹ ਸਾਨੂੰ ਇਹ ਨਹੀਂ ਕਿ ਘੜੀ ਘੜੀ ਅਪੀਲਾਂ ਕਰਨੀਆਂ ਬਹੁਤ ਸੌਖੀਆਂ ਉੱਥੇ ਇਸ ਵੇਲੇ ਜਿਹੜੀ ਜਥੇਬੰਦੀ ਨੂੰ ਲੋੜਿਆ ਕੰਬਲਾਂ ਦੀ ਹੋਵੇ ਦੱਸੋ ਕਿ ਇਹਨੂੰ 10000 ਕੰਬਲ ਦੀ ਲੋੜਿਆ ਦੱਸੋ ਕਿ ਇਹਨੂੰ 25000 ਕੰਬਲ ਦੀ ਲੋੜਿਆ ਦੱਸੋ ਕਿ ਇਹਨੂੰ ਉੱਥੇ ਕਿਸਾਨਾਂ ਲਈ ਰੋਟੀ ਪਾਣੀ ਦੀ ਲੋੜਿਆ ਦਵਾਈਆਂ ਦੀ ਲੋੜਿਆ ਸਾਬਣ ਦੀ ਲੋੜਿਆ ਦੱਸੋ ਕਾਦੀ ਚੀਜ਼ ਦੀ ਲੋੜਿਆ ਅਸੀਂ ਉਹ ਸਮਾਨ ਲਿਆ ਕੇ ਉਹ ਜਥੇਬੰਦੀ ਜੀ ਸਾਨੂੰ ਦੱਸੂਗੀ ਅਸੀਂ ਉਹਦੇ ਨਾਲ ਲੜ ਮਿਲ ਕੇ ਜਾ ਕੇ ਵੰਡਾਂਗੇ ਉਹ ਉਹਦਾ ਸਮਾਨ ਦਾ ਪੈਸਾ ਬਿੱਲ ਅਸੀਂ ਤਾਰਾਂਗੇ ਕਿਉਂਕਿ ਇਹ ਪੈਸੇ ਪੰਥ ਦੇ ਜਦੋਂ ਪੰਥ ਲੋਡ ਹੋਈ ਆ ਫੇਰ ਲੋਡ ਹੋਊਗੀ ਜਦੋਂ ਕਿਸਾਨ ਬਾਸ ਚੱਲਿਓਗੇ ਹੋਰ ਵੀ ਇਹਨਾਂ ਲੋਡ ਪੈਣੀ ਆ ਸ਼ਾਇਦ ਪਤਾ ਨਹੀਂ ਕਿੰਨਾ ਚਿਰ ਬਹਿਣਾ ਬਿਮਾਰੀਆਂ ਵੋਰੀਆਂ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਹਾਦਸਾ ਉਧਰੋਂ ਉਧਰੋਂ ਪਈ ਜਿਆਦਾ ਲੰਮਾ ਹੋ ਗਿਆ ਪ੍ਰੋਟੈਸਟ ਅਸੀਂ ਕਿੱਦਾਂ ਜਾ ਕੇ ਮਦਦ ਕਰ ਸਕਦੇ ਮਗਰੋਂ ਜਦੋਂ ਪੰਜਾਬ ਜਾਓਗੇ ਕਿੱਦਾਂ ਮਦਦ ਕਰ ਸਕਦੇ ਉਹਦਾ ਇਕਨੋਮਿਕ ਜਿਹੜਾ ਪਈ ਨੁਕਸਾਨ ਫੋਲੋਅ ਅਪ ਕਰਨਾ ਪੈਣਾ ਮਗਰੋਂ ਕਿੰਨੇ ਬੰਦੇ ਪੁੱਛਦੇ ਪੰਜਾਬ ਜਾ ਕੇ ਪਈ ਆ ਇੱਕੋ ਪਾਸੇ ਇਕੱਠੇ ਹੋ ਤਾਂ ਉਹ ਕੀ ਲੋੜਿਆ ਜਾਂ ਜਿੱਥੇ ਬੈਠੇ ਉੱਥੇ ਹੁਣ ਜਿਹੜੇ ਕਿਸਾਨਾਂ ਦੇ ਨਾਲ ਬੈਠੇ ਆ ਉਹ ਕਹਿੰਦੇ ਇੰਨਾ ਲੰਗਰ ਆ ਰਿਹਾ ਆ ਉੱਥੇ ਭਈ ਸਾਨੂੰ ਪਤਾ ਨਹੀਂ ਭਈ ਕਿੱਥੇ ਰੱਖਣਾ ਸਮਾਨ ਇਹ ਲੰਗਰ ਲਈ ਜੇ ਉਹੀ ਜਾ ਕੇ ਜਿੱਥੇ ਕੋਈ ਬੈਠਾ ਉੱਥੇ ਨਾ ਮਜਾਰੇ ਤੇ ਉਹਨੂੰ ਪੁੱਛੋ ਜਾ ਕੇ ਭਈ ਲੰਗਰ ਕਿੰਨਾ ਆ ਰਿਹਾ ਜੇ ਕੋਈ ਹੋਰ ਚੀਜ਼ ਦੀ ਲੋੜਿਆ ਹੁਣ ਜਿਹੜਾ 400 ਦਾ ਤੰਬੂ ਲੱਗਾ ਉੱਥੇ ਹੁਣ ਖਾਲ ਸਾਡੇ ਵੱਲੋਂ ਹੁਣ ਅਸੀਂ 2-3 ਤੰਬੂ ਹੋਰ ਵੀ ਲਾ ਸਕਦੇ ਹਾਂ ਜੇ ਉੱਥੇ ਸਾਨੂੰ ਮਿਲ ਗਈ ਮਟੀਰੀਅਲ ਮਿਲ ਗਈ ਪਈ ਸਾਡੇ ਜਿਹੜੇ ਬਜ਼ੁਰਗਿਆ ਬੀਬੀਆਂ ਰਾਤ ਨੂੰ ਕੋਈ ਛੱਤੋਂ ਨਾਲ ਉੱਪਰ ਹੋਵੇ ਸੋ ਕੰਮ ਬਹੁਤ ਪਿਆ ਆ ਪਰ ਜਿਹੜੀ ਤੁਸੀਂ ਮਾਇਆ ਦੇਣੀ ਆ ਅਪੀਲਾਂ ਹੋ ਰਹੀਆਂ ਆ ਉਹ ਵੀ ਪੁੱਛੋ ਜਦੋਂ ਹੜ੍ਹ ਆਈ ਸੀਗੇ ਤਾਂ ਤੁਸੀਂ ਕਿੰਨੇ ਇਕੱਠੇ ਕੀਤੇ ਕਿੱਥੇ ਸਾੜ ਕੇ ਰੱਖਿਆ ਕਿੰਨੇ ਖਰਚੇ ਆ ਕਿਉਂਕਿ ਜਦੋਂ ਕੋਈ ਇਦਾਂ ਹੀ ਬਿਮਾਰ ਇਦਾਂ ਦੀ ਕੋਈ ਡਿਜ਼ਾਸਟਰ ਆਉਂਦਾ ਜਾਂ ਅਪੀਲ ਆਉਂਦੀ ਆ ਹਾਤੇ ਦੋ ਹਫ਼ਤੇ ਬਾਅਦ ਜਦੋਂ ਕੰਮ ਮੁੱਕ ਜਾਂਦਾ ਫੇਰ ਕੋਈ ਚੇਤਨ ਨਹੀਂ ਰੱਖਦਾ ਸੋ ਸਾਨੂੰ ਤੁਹਾਡੇ ਪਿਆਰ ਦੀ ਲੋੜ ਆ ਅਸੀਸਾਂ ਦੀ ਲੋੜ ਆ ਤੇ ਕਈ ਵਾਰੀ ਸਾਡੇ ਜਿਹੜੇ ਰੱਖ ਰਿਆ ਕੋਹੜੇ ਲੱਗਦੇ ਆ ਫਿਰ ਸਾਡੇ ਖਿਲਾਫ ਕੈਂਪੇਨ ਸ਼ੁਰੂ ਹੁੰਦੀਆਂ ਇਹਦੇ ਵਿੱਚ ਅਸੀਂ ਇਹੀ ਕਹਿੰਨੇ ਆ ਜਿਹੜੀ ਜਥੇਬੰਦੀ ਹੋਵੇ ਜੇ ਅੱਜ ਸਾਨੂੰ ਕਹਿ ਦੇਵੇ ਭਈ ਸਾਡੇ ਕੋ 1 ਮਿਲੀਅਨ ਪਾਉਂਡ ਦਾ ਕਹਿ ਲਓ ਸਾਨੂੰ ਸਮਾਨ ਚਾਹੀਦਾ ਅਸੀਂ ਉਹ ਲਿਆਉਣ ਨੂੰ ਤਿਆਰ ਆ ਪਰ ਸਮਾਨ ਜਿਹੜਾ ਉੱਥੇ ਵਰਤਿਆ ਜਾਊਗਾ ਇਹ ਨਹੀਂ ਭਾ ਕੇ ਕੋਈ ਵੇਅਰ ਹਾਸ ਰੱਖਣਾ ਜਾਂ ਸਟੋਰੇਜ ਰੱਖਣਾ ਜਿਹੜਾ ਉੱਥੇ ਵਰਤਿਆ ਜਾਊਗਾ ਅਸੀਂ ਜਾ ਕੇ ਸਾਡੀ ਟੀਮ ਅਮਰਪ੍ਰੀਤ ਸਿੰਘ ਹੋਣੀ ਆ ਬੰਦੇ ਉੱਥੇ ਭੇਜਾਂਗੇ ਸਮਾਨ ਲਿਆਉਣ ਨੂੰ ਜਾਂ ਦਿੱਲੀ ਮਿਲੂਗਾ ਜਾਂ ਰਾਜਸਥਾਨ ਜਾਂ ਹਰਿਆਣਾ ਜਾਂ ਪੰਜਾਬ ਅਸੀਂ ਉਹਦੀ ਬਿੱਲ ਤਾਰ ਦਵਾਂਗੇ ਕਿਉਂਕਿ ਪੈਸੇ ਪਾਇਓ ਬੈਂਕਰ ਸਾਰਿਆਂ ਕੋ ਪੈਸੇ ਪਾਇਓ ਆ ਘੜੀ ਘੜੀ ਪੈਸੇ ਦੀ ਅਪੀਲ ਕਰਨੀ ਗੱਲ ਉਹ ਹੀ ਆਉਂਦੀ ਘੜੀ ਘੜੀ ਵੀ ਸੰਗਤ ਜਿਹੜਾ ਪਿਆਰ ਆ ਦਿਆਲੂ ਆ ਸੰਗਤ ਅਸੀਂ ਉਹਦਾ ਫਾਇਦਾ ਉਠਾਉਨੇ ਆ ਇਹਦਾ ਫਾਇਦਾ ਨਾ ਠਾਈਏ ਇੱਕ ਦੂਜੇ ਦੀ ਮਦਦ ਕਰੀਏ ਜਿਹੜੀ ਵੀ ਸੰਗ ਜਿਹੜੀ ਜਿਹੜੀ ਮਰਜੀ ਸੰਸਥਾ ਜਿਹੜੀ ਮੋਰਿਓ ਕਿ ਸੇਵਾ ਕਰ ਰਹੀ ਆ ਸਾਨੂੰ ਮੇਰਾ ਐਡਰੈਸ ਲਿਖ ਤਾ ਸਾਨੂੰ ਕੰਟੈਕਟ ਕਰੇ ਭਈ ਸਾਨੂੰ ਆ ਚਾਹੀਦਾ ਇਹ ਚਾਹੀਦਾ ਤੇ ਅਸੀਂ ਜਾ ਕੇ ਬਿਲਕੁਲ ਅਸੀਂ ਜੱਜ ਨਹੀਂ ਕਰਾਂਗੇ ਅਸੀਂ ਨਾਲ ਜਾਵਾਂਗੇ ਅਸੀਂ ਦੇਖਾਂਗੇ ਹਾਂ ਐਕਚੁਅਲੀ ਲੋੜ ਹੈਗੀ ਆ ਚਲੋ ਇਹ ਨਹੀਂ ਪਈ ਅਸੀਂ ਕਰਾਂਗੇ ਜਾ ਕੇ ਤੁਸੀਂ ਕਰੋ ਜਾ ਕੇ ਸਾਡੇ ਨਾਲ ਚਲੋ ਚਲਿਏ ਉੱਥੇ ਖਰੀਦਣ ਸਮਾਨ ਜਿੱਥੋਂ ਮਿਲੇਗਾ ਵੇਅਰ ਹਾਸ ਤੋਂ ਕੰਪਨੀ ਤੋਂ ਫੈਕਟਰੀ ਤੋਂ ਅਸੀਂ ਬਿੱਲ 'ਤੇ ਕਰਾਂਗੇ ਤੇ ਤੁਸੀਂ ਜਾ ਕੇ ਉਧਰ ਜਾ ਕੇ ਸਾਡੇ ਨਾਲ ਵੰਡੋ ਜਾ ਕੇ ਇਹ ਤੋਂ ਸੌਖਾ ਕੰਮ ਨਹੀਂ ਹੋ ਸਕਦਾ ਪਰ ਆਪਣੀ ਜਿਹੜੀ ਭਈ ਮਾਇਕ ਦੋਸਤਾਂ ਤੇ ਅਪੀਲਾਂ ਚੱਲ ਰਹੀਆਂ ਪਲੀਜ਼ ਮੇਰੀ ਇਹ ਹੀ ਆ ਬੇਨਤੀ ਵੀ ਤੁਸੀਂ ਖਿਆਲ ਨਾਲ ਡੋਨੇਸ਼ਨ ਕਰੋ ਕਿਉਂਕਿ ਉੱਥੇ ਲੱਖਾਂ ਤੋਂ ਲੱਖ ਪੌਂਡ ਤੇ ਡਾਲਰ ਇਕੱਠੇ ਹੋ ਰਹੇ ਆ ਅਸੀਂ ਅਪੀਲ ਨਹੀਂ ਕਰ ਰਹੇ ਤੇ ਅਸੀਂ ਕਹਿੰਨੇ ਤੁਹਾਨੂੰ ਸੰਗਤ ਜੀ ਨੂੰ ਭੇਜੇ ਜੇ ਉੱਥੇ ਕੋਈ ਸਮਾਨ ਛੱਡਣਾ ਹੋਵੇ ਸਾਡੀ ਟੀਮ ਨਾਲ ਗੱਲ ਕਰ ਲਓ ਉੱਥੇ ਸਮਾਨ ਛੱਡ ਜਾਓ ਜਾ ਕੇ ਕਿਉਂਕਿ ਮਾਇਆ ਜਿੰਨੀ ਇਕੱਠੀ ਹੋ ਜਾਂਦੀ ਆ ਖਰਚੀ ਬਹੁਤ ਕੀ ਹੁੰਦੀ ਆ ਪਰ ਜੇ ਜਦੋਂ ਲੋੜ ਪੈਣੀ ਆ ਖਰਚਣ ਦੀ ਉਦੋਂ ਤੁਸੀਂ ਕਹਿੰਦੇ ਅੱਜ ਤਾਂ ਪਹਿਲਾਂ ਦੇ ਦਿੱਤੇ ਆ ਹੁਣ ਘੜੀ ਘੜੀ ਫੇਰ ਮੰਗੀ ਜਾਂਦੇ ਆ ਸੋ ਸੋਚ ਸਮਝ ਕੇ ਤੁਰਿਏ ਜੋ ਅਸੀਂ ਆਪਣੇ ਇਤਿਹਾਸ ਤੋਂ ਸਿੱਖਿਆ ਸਿੱਖੀਏ ਕਿਉਂਕਿ ਇਹਦੇ ਵਿੱਚ ਮੈਨੂੰ ਕੋਈ ਫਾਇਦਾ ਨਹੀਂਗਾ ਮੈਨੂੰ ਕੋਈ ਬੋਨਸ ਨਹੀਂ ਮਿਲਦਾ ਮੈਨੂੰ 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 ਜਿਆਦੇ ਪੈਸੇ ਮੈਨੂੰ ਨਾ ਕੋਈ ਮੈਂ ਕਿਹਾ ਤੁਹਾਡੇ ਪੈਸੇ ਇਕੱਠੀ ਕਰਾਂ ਜਾਂ ਮੈਂ ਕਿਸੇ ਨੂੰ ਪੈਸੇ ਇਕੱਠੇ ਹੋ ਕੇ ਦੇ ਕੇ ਅਸੀਂ ਛੱਡਦੇ ਆ ਨਹੀਂ ਅਸੀਂ ਅਪੀਲ ਨਹੀਂ ਕੀਤੀ ਜੇ ਅਪੀਲ ਕੀਤੀ ਹੁੰਦੀ ਤੁਸੀਂ ਸਾਨੂੰ 2-3 ਮਿਲੀਅਨ ਪਾਉਂਡ ਡਾਲਰ ਫੇਰ ਦੇ ਦਿੰਣਾ ਸੀਗਾ ਇਹ ਮੈਂ ਗਾਰੰਟੀ ਕਰਦਾ ਤੁਹਾਡਾ ਪਿਆਰ ਬਹੁਤ ਖਾਸ ਹੈ ਲਈ ਉਹ ਅਸੀਂ ਪਿਆਰ ਤੋੜਨਾ ਨਹੀਂ ਚਾਹੁੰਦੇ ਮਾਇਆ ਹੈਗੀ ਆ ਸਾਡੇ ਕੋਲ ਬੈਂਕ ਹੈਗੀ ਆ ਇਥੇ ਹੈਗੀ ਆ ਇੰਡੀਆ ਹੈਗੀ ਆ ਕੈਨੇਡਾ ਹੈਗੀ ਦੱਸੋ ਜਥੇ ਬੰਦਿਆਂ ਨੂੰ ਅਸੀਂ ਕੀ ਕਰ ਸਕਦੇ ਆ ਅਸੀਂ ਤੁਹਾੜਨਾ ਅੱਜ ਤੁਹਾਨੂੰ ਕਹਿ ਦਵਾਂਗੇ ਚਲੋ 1 ਮਿਲੀਅਨ ਪਾਉਂਡ ਦਾ ਸਮਾਨ ਤੁਹਾਨੂੰ ਲਿਆ ਕੇ ਦਿੰਦੇ ਆ ਪਰ ਉਹ ਜਿਹੜੇ ਕਿਸਾਨ ਬੈਠੇ ਹੋਣ ਲਈ ਇਹ ਲੋੜ ਪਵੇ ਸੋ ਸੋ ਸਮਝ ਕੇ ਕਾਰਜ ਚੱਕੀਏ ਕਿਉਂਕਿ ਸਾਡੀ ਕੌਮ ਦੇ ਉੱਪਰ ਪਹਿਲਾਂ ਹੀ ਬਹੁਤ ਹੀ ਇਹ ਮਾੜਾ ਸਮਾਂ ਆਇਆ ਸੀਗਾ ਤੇ ਮਾੜੇ ਸਮੇਂ ਮਗਰੋਂ ਪਰਿਵਾਰ ਗਲ ਗਏ ਰੋਲ ਗਏ ਤੇ ਕਿਸੇ ਨੇ ਉਹ ਹੱਥ ਨਹੀਂ ਫੜਿਆ ਕਿਉਂਕਿ ਪੈਸੇ ਕੋਈ ਗਲਤ ਬੰਦੇ ਲੱਗ ਗਏ ਸੋ ਸਾਡੇ ਸਾਰੇ ਜਥੇਬੰਦੀਆਂ ਜਿਹੜੇ ਉੱਥੇ ਆਈਆਂ ਆ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਆ ਜਿਹੜੇ ਮਰਜੀ ਜਿਹੜੇ ਮਰਜੀ ਜਥੇਬੰਦੀ ਦੇ ਸੇਵਾਦਾਰ ਹੋਣ ਖਾਸ ਸਾਡੇ ਦੇ ਹੋਣ ਜਿਹੜੀ ਮਰਜੀ ਜਥੇਬੰਦੀ ਜਾਂ ਪਿੰਡ 'ਚ ਹੋਣ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸੇਵਾਦਾਰ ਇੱਕ ਹੋਰ ਤਰ੍ਹਾਂ ਦੀ ਕਹੋ ਭਈ ਇਹ ਨਸਲ ਹੁੰਦੀ ਆ ਜਿਹੜੀ ਭਈ ਇੰਨੀ ਇਨਸਾਨੀਅਤ ਨੂੰ ਪਿਆਰ ਕਰਦੀ ਆ ਅਸੀਂ ਕਿਸੇ ਸੇਵਾਦਾਰ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਜਥੇਬੰਦੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਇਹ ਹੀ ਕਹਿੰਦੇ ਆ ਸੋ ਸਮਝ ਕੇ ਤੁਰੀਏ ਜੇ ਤੁਸੀਂ ਪੰਜਾਬ ਲਈ ਇੱਕ ਮੁੱਠ ਹੋਏ ਆ ਆ ਜਿਹੜਾ ਖਰਚਾ ਵੀ ਕਰਨਾ ਉਹਲੇ ਵੀ ਇੱਕ ਮੁੱਠ ਹੋ ਜਾਓ ਵੀ ਖਰਚਾ ਖਰਾਬ ਨਾ ਹੋਵੇ ਪੈਸਾ ਖਰਾਬ ਨਾ ਹੋਵੇ ਪਰ ਇਹ ਨਹੀਂ ਭਈ ਇੱਧਰ ਸਾਰੇ ਅਸੀਂ ਖਿਲਰਿਆ ਪਏ ਆ ਕਦੀ 1 ਲੱਖ ਇੱਥੇ ਕਰ ਲਿਆ 2 ਲੱਖ ਇੱਥੋਂ ਇਕੱਠਾ ਕਰ ਲਿਆ ਕਿਸੇ ਨੂੰ ਪਤਾ ਨਹੀਂਗਾ ਤੇ ਫਿਰ ਦੂਜੇ ਹਫਤੇ ਕਿਸਾਨ ਚਲ ਗਿਆ ਬਾਸਪਿੰਡ ਨੂੰ ਉਹ ਪੈਸਾ ਖਰਾਬ ਹੋ ਗਿਆ ਸੋ ਇਹ ਸਾਡੀ ਬੇਨਤੀ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਤੋਂ ਬਿਨਾਂ ਉਹ ਯਾਰ ਪ੍ਰੋਟੈਸਟ ਇਹ ਮਜਾਰਾ ਚੱਲ ਰਾ ਨਹੀਂਗਾ ਕਿਉਂਕਿ ਤੁਸੀਂ ਉਹਨਾਂ ਦੀ ਰੀੜ ਦੀ ਹੱਡੀਆਂ ਜਿਹੜੇ ਸੇਵਾਦਾਰ ਆ ਜਿਹੜੀ ਸੇਵਾ ਕਰ ਰਹੇ ਤੁਸੀਂ ਕਿਸਾਨਾਂ ਦੀ ਦਿਨ ਦਿਹਾੜੀ ਉਹਨੂੰ ਇਦਾਂ ਲੱਗਦਾ ਪਏ ਆਪਣੇ ਪਰਿਵਾਰ ਚ ਬੈਠੀਆਂ ਤੁਹਾਡੇ ਘਰ ਕੇ ਸੋ ਤੁਹਾਡੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਚੜ੍ਹਦੀ ਕਲਾ ਰਵੋ ਤੇ ਜੇ ਅਸੀਂ ਕੁਝ ਕਰ ਸਕੀਏ ਤੁਹਾਡੇ ਨਾਲ ਅਸੀਂ ਬਿਲਕੁਲ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ